ਉਹ ਦੀਪ ਹੋਰ ਯਾਰ ਦੀਪ ਕਿਵੇਂ ਆ? ਬਸ ਯਾਰ ਤੂੰ ਸੁਣਾ ਆਪਣੇ ਬਾਰੇ। ਹੋਰ ਯਾਰ ਦਿਖਦੇ ਨੀ ਅੱਜ ਕੱਲ੍ਹ, ਕੀ ਗੱਲ? ਬਸ ਯਾਰ ਬਾਈ ਕੀ ਦੱਸਾਂ ਹੁਣ ਤੈਨੂੰ। ਚੱਲ ਆ ਜਾ ਸਾਈਡ ਤੇ ਬਹਿ ਕੇ ਗੱਲ ਕਰਦੇ ਆ। ਚੱਲ ਯਾਰ ਹੋਰ ਦੱਸ ਫਿਰ, ਕਾਲਜ ਦੀ ਪੜ੍ਹਾਈ ਕਿਵੇਂ ਚੱਲਦੀ ਪਈ ਆ? ਬਸ ਯਾਰ ਚੱਲੀ ਜਾਂਦਾ ਮਾਲਕ ਦੀ ਕਿਰਪਾ ਨਾਲ ਯਾਰ। ਹੋਰ ਫਿਰ ਬਾਹਰ ਜਾਣ ਦਾ ਕੀ ਸੋਚਿਆ? ਅੱਜ ਕੱਲ੍ਹ ਸਾਰੇ ਪੰਜਾਬੀ ਬਾਹਰ ਜਾ ਰਹੇ ਆ। ਬਸ ਯਾਰ ਬਾਈ ਘਰਦਿਆਂ ਦੇ ਹਾਲਾਤ ਬਹੁਤ ਮਾੜੇ ਚੱਲਦੇ ਪਏ ਆ, ਪੈਸਾ ਵਜੋਂ ਬਾਹਲੀ ਤੰਗੀ ਹੋਈ ਆ, ਜਿਸ ਕਾਰਨ ਮੈਂ ਉਰੇ ਹੀ ਐਡਮਿਸ਼ਨ ਲੈ ਲਈ ਖਾਲਸਾ ਕਾਲਜ। ਹੁਣ ਬਸ ਯਾਰ ਅੱਗੇ ਡਿਗਰੀ ਤੋਂ ਬਾਅਦ ਸੋਚਾਂਗੇ ਬਾਹਰ ਦਾ ਕੀ ਬਣਦਾ, ਵੈਸੇ ਤਾਂ ਘਰਦਿਆਂ ਦੇ ਨਾਲ ਹੀ ਕੰਪਰੋਮਾਈਜ਼ ਕਰਨਾ ਪੈਂਦਾ। ਚੱਲ ਯਾਰ ਮਾਲਕ ਤੇ ਭਰੋਸਾ ਰੱਖ, ਮਾਲਕ ਜੋ ਕਰੂ ਵਧੀਆ ਕਰੂਗਾ। ਹਾਂ ਬਾਈ ਯਾਰ ਰੱਬ ਤੇ ਵਿਸ਼ਵਾਸ ਹੈਗਾ ਹੋਰ ਕਿਸੇ ਤੇ। ਚੱਲ ਆ ਜਾ ਚੱਲੀ ਯਾਰ ਫਿਰ। ਜੀ ਫਿਰ ਉਹ ਡੀਲ ਦਾ ਕੀ ਬਣਿਆ ਸਾਹਿਬ? ਦੇਖੋ ਜੀ ਉਹ ਡੀਲ ਮੈਨੂੰ ਚਾਹੀਦੀ, ਸਿੱਧੀ ਜੀ ਗੱਲ ਬਿਜ਼ਨਸ ਦੀ, ਉਹ ਮੇਨ ਡੀਲ ਆ, ਮੈਨੂੰ ਚਾਹੀਦੀ ਆ ਜਿੱਦਾਂ ਮਰਜ਼ੀ ਜੋ ਮਰਜ਼ੀ ਕਰੋ, ਮੈਨੂੰ ਡੀਲ ਚਾਹੀਦੀ ਆ ਬਸ। ਸਤਿ ਸ਼੍ਰੀ ਅਕਾਲ ਚਾਚੀ, ਮੈਂ ਸ਼ਰਮਾ ਜੀ ਤੁਹਾਨੂੰ ਮੈਂ ਬਾਅਦ 'ਚ ਫੋਨ ਕਰਦਾ, ਮੇਰੇ ਕੰਮ ਇੱਕ ਮਿੰਟ। ਹਾਂ ਵੀ ਪੁੱਤਰਾ ਕਿੱਥੋਂ ਆ ਰਿਹਾ? ਨਾਲ ਗਿਆ ਹੋਇਆ ਸੀਗਾ ਜੀ, ਉਹਨਾਂ ਦੇ ਘਰੇ ਕੋਈ ਪ੍ਰੋਬਲਮ ਆਈ ਹੋਈ ਸੀਗੀ। ਹੋਰ ਫਿਰ ਹੁਣ ਕੀ ਕਰ ਰਿਹਾ? ਹਾਂਜੀ ਚਾਚਾ ਜੀ ਮੈਂ ਪੜ੍ਹਦਾ ਪਿਆ ਜੀ। ਪੜ੍ਹਾਈ ਪੜ੍ਹਾਈ 'ਚ ਕੁਛ ਨਹੀਂ ਰੱਖਿਆ, ਤੂੰ ਮੇਰੇ ਨਾਲ ਕੰਮ ਕੁੰਮ ਕਰਿਆ ਕਰ, ਤੈਨੂੰ ਮੈਂ ਤਨਖਾਹ ਦੇ ਦਿਆ ਕਰੂੰਗਾ, ਤੇਰਾ ਖਰਚਾ ਪਾਣੀ ਮੈਂ ਕੱਢਦਾ ਕਰੂੰਗਾ, ਮੇਰੇ ਨਾਲ ਕੰਮ ਤੇ ਅਜੀ ਗੱਲ ਤੋਂ। ਜੀ ਮੈਂ ਪੜ੍ਹਨਾ ਚਾਹੁੰਦਾ ਜੀ, ਮੈਂ ਵੀ ਆਪਣੇ ਘਰਦਿਆਂ ਨੂੰ ਇੱਕ ਵਧੀਆ ਖੁਸ਼ਹਾਲ ਜ਼ਿੰਦਗੀ ਦਿਵਾਉਣਾ ਚਾਹੁੰਦਾ ਤੇ ਇੱਕ ਬਿਜ਼ਨਸਮੈਨ ਬਣਨਾ ਚਾਹੁੰਦਾ, ਆਪਣਾ ਬਿਜ਼ਨਸ ਸੈਟਅਪ ਕਰਨਾ ਚਾਹੁੰਦਾ। ਬਣਦਾ ਤੂੰ ਬਿਜ਼ਨਸਮੈਨ, ਤੇਰੇ ਵਰਗੇ ਛੱਤੀ ਤੁਰੀ ਫਿਰਦਾ ਬਿਜ਼ਨਸ ਖੋਲਣ ਨੂੰ ਆਪਣਾ, ਕੱਲ੍ਹ ਕੱਲ੍ਹ ਤਾਂ ਮੇਰੇ ਨਾਲ ਕੰਮ ਤੇ ਅਜੀ ਚੁੱਪ ਕਰਕੇ ਪਕਾਈ। ਕੀ ਹੋਇਆ ਪੁੱਤ? ਬਾਪੂ ਇਹ ਤੇਰਾ ਪੁੱਤ ਫਸਟ ਆ ਗਿਆ ਆਸ਼ੀਰਵਾਦ ਦੇ। ਉਹ ਵਧੀਆ ਵਧੀਆ ਪੁੱਤ, ਮੈਂ ਤੈਨੂੰ ਕਹਿ ਗਿਆ ਨਾ ਜੋ ਵਾਹਿਗੁਰੂ ਕਰਦਾ ਵਧੀਆ ਹੀ ਕਰੇਗਾ, ਕਿਸੇ ਨਾਲ ਮਾੜਾ ਨਹੀਂ ਕਰੇਗਾ ਪੁੱਤ। ਹੁਣ ਤੱਕ ਵਧੀਆ ਆਪਣਾ ਕੰਮ ਸ਼ੁਰੂ ਕਰ ਤੇ ਵਧੀਆ ਕਮਾਈ ਕਰ, ਵਧੀਆ ਪਰਿਵਾਰ ਨੂੰ ਪਾ ਦੇ ਆਪਣਾ। ਜੀ ਬਾਪੂ ਚੱਲ ਚੰਗਾ। ਆਹ ਹਾ 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 ਹਾ
ਹਮੇਸ਼ਾ ਜਾਗਦੇ ਹੋਏ ਸੁਪਨੇ ਦੇਖੋ ਕਿਉਂਕਿ ਉਹ ਕਦੇ ਟੁੱਟਦੇ ਨਹੀਂ।